कल्चरल, मैं अंकिता चोपड़ा। शुरू करते हैं आज की खबरों का सिलसिला। लोकसभा क्षेत्र श्री आनंदपुर साहिब से आम आदमी पार्टी के प्रत्याशी एवं पार्टी के मुख्य प्रवक्ता मलविंदर सिंह कंग आज बार एसोसिएशन श्री आनंदपुर साहिब से जुड़े वकीलों से मुलाकात करने पहुंचे और बार एसोसिएशन से जुड़े वकीलों से आने वाले लोकसभा चुनावों के लिए समर्थन मांगा। इस मौके पर उनके साथ स्थानीय विधायक एवं पंजाब के शिक्षा मंत्री हरजोत सिंह बैंस, कैबिनेट मंत्री ब्रह्मशंकर डिम्पा भी मौजूद रहे। बार एसोसिएशन पहुंचने पर एसोसिएशन से जुड़े वकीलों ने इन नेताओं का भव्य स्वागत भी किया। पहले सुने क्या कहा बार एसोसिएशन से जुड़े एक वकील ने। अज ओ टाइम है जी भी सानू किसी भी पिंड जाइए शहर जाइए सानू लोग ये नहीं कहते समस्या है, लोग उल्टा साडा धन्नवाद करते हैं मंत्री साहब तुसीं दा हल पूरा करो है। इस करके मैं बहुत बहुत धन्नवाद हाँ मंत्री साहब का जी। उस तो बाद नंबर दो ते मैं एम पी साहब भी दसना चाहवागा जी भाजी मैं उन्हें दस के हटिया कि जो बारूम है ये भी मंत्री साहब की देन है जी साढ़े बार। क्या कहा अपने संबोधन में एडवोकेट हरजोत सिंह बैंस ने जे भी सुने। ਪਿੰਡ ਕੱਢ ਚੁੱਕੇ ਨੇ, 31 ਪੈਸੇ ਦਾ ਪਿੰਡ ਹੀ ਕੱਢਦੇ ਨੇ, ਸਾਰੇ ਮੁੱਖ ਕਸਬਿਆਂ ਚ ਅੱਡਿਆਂ ਚ ਜਾ ਚੁੱਕੇ ਨੇ ਤੇ ਦੂਜੇ ਪਾਸੇ ਉਮੀਦਵਾਰ ਉਹ ਨੇ ਹੁਣ ਤਾਂ 25-30 ਦਿਨ ਰਹਿ ਗਏ ਜਿਹੜੇ ਸਾਈਟ ਸੀਨ ਕਰਨ ਆਏ ਨੇ ਏਦਾਂ ਹੀ ਬੀਜੇਪੀ ਕਹਿੰਦੀ ਹੈ 400 ਪਾਰ ਕਰਾਂਗੇ, ਹਜੇ ਤੱਕ ਉਮੀਦਵਾਰ ਨਹੀਂ ਆਏ, ਹਜੇ ਤੱਕ ਤਾਂ ਆਇਆ ਸੋਮ ਮੰਗਲਵਾਰ ਤੋਂ ਦੀ ਨੋਮੀਨੇਸ਼ਨ ਸ਼ੁਰੂ ਹੈ। ਮੈਨੂੰ ਕੋਈ ਪੱਤਰਕਾਰ ਕਹਿੰਦਾ ਕਿ ਇੱਥੇ ਅਕਸ਼ੇ ਕੁਮਾਰ ਆ ਰਿਹਾ, ਅਕਸ਼ੇ ਕੁਮਾਰ, ਮੈਂ ਕਿਹਾ ਅੱਛਾ ਤੇ ਮੈਂ ਕਿਹਾ ਫਿਰ ਸ਼ਾਇਦ ਉਹ ਸ਼ੂਟਿੰਗ 'ਚ ਬਿਜ਼ੀ ਹੋਣਾ, ਉਹ ਤਾਂ ਹੀ ਹਜੇ ਤੱਕ ਕਹਿੰਦੇ ਕਿ ਜਦੋਂ ਵਿਹਲਾ ਹੋਊਗਾ ਉਦੋਂ ਅਨਾਊਂਸ ਕਰ ਦਾਂਗੇ, ਇਹੀ ਮਤਲਬ ਹੋਇਆ। ਦੇਖੋ ਦੂਜੇ ਪਾਸੇ ਜੀ ਤੁਸੀਂ ਵੈਲ ਯੂ ਆਰ ਵੈਲ ਅਵੇਅਰਡ ਅਬਾਊਟ ਦ ਕੰਸਟੀਟਿਊਸ਼ਨ, ਤੁਹਾਨੂੰ IPC ਦਾ ਗਿਆਨ ਹੈ, ਤੁਹਾਨੂੰ ਨਵੇਂ ਐਕਟ ਬਣਾ ਦਿੱਤੇ, ਪਰ ਤੁਹਾਨੂੰ ਪਤਾ ਹੈ ਕਿ ਕੀ ਰਾਈਟਸ ਨੇ ਕੀ ਲਾਅ ਹੈ ਤੁਹਾਡੇ ਸਭ ਦਿਲ ਤੇ ਹੱਥ। ਇੱਥੇ ਹੋ ਸਕਦਾ ਮੇਰੇ ਲਈ ਮੈਂ ਸਭ ਤੋਂ ਇੱਜ਼ਤ ਕਰਦਾ ਸਾਰੇ ਆਪਣੇ ਨੇ, ਕੋਈ ਬੀਜੇਪੀ ਵਾਲਾ ਕੋਈ ਕਾਂਗਰਸ ਨਾਲ ਜੁੜਿਆ ਬੈਠਾ ਹੋਵੇ, ਪਰ ਦਿਲ ਤੇ ਹੱਥ ਰੱਖ ਕੇ ਦੱਸ ਦਿਓ ਵੀ ਆਰ ਲੋਇਰਸ, ਅਸੀਂ ਰੋਜ਼ ਬਦਲ ਮੈਂ ਕਿੰਨੀਆਂ ਬੇਲਾਂ ਕਰਾਈਆਂ ਇੱਥੇ ਰੋਪੜ ਹੋਰ ਸ਼ਹਿਰ ਲੁਧਿਆਣੇ ਹਾਈਕੋਰਟ ਸੁਪਰੀਮ ਕੋਰਟ, ਸਾਨੂੰ ਸਭ ਨੂੰ ਪਤਾ ਕਿ ਕਿਵੇਂ ਅੱਜ ਤੱਕ ਹੋ ਗਿਆ। ਇੱਕ ਇਲੈਕਟਿਡ ਚੀਫ ਮਿਨਿਸਟਰ ਸੀ, ਉਹ ਇਲੈਕਟਿਡ ਚੀਫ ਮਿਨਿਸਟਰ ਜਿਹੜਾ ਥਰਡ ਟਾਈਮ CM ਹੈ, ਜਿਹਦੀ 17 ਚੋਂ ਕਦੀ 67 ਕਦੀ 62 ਕਦੀ 65 ਐਂਡ ਦੇਰ ਇਜ਼ ਨੋ ਰਿਕਵਰੀ, 1 ਰੁਪਏ ਦੀ ਆਪਾਂ ਸਾਰੇ ਵਕੀਲ ਤੁਸੀਂ ਸਮਝ ਆਮ ਬੰਦੇ ਨੂੰ ਨੋ ਰਿਕਵਰੀ, 1 ਰੁਪਏ ਦੀ ਰਿਕਵਰੀ ਨਹੀਂ 1 ਰੁਪਏ ਦੀ, 1 ਰੁਪਏ ਦੀ ਰਿਕਵਰੀ ਨਹੀਂ, ਮੁੱਖ ਮੰਤਰੀ ਨੂੰ ਜੇਲ੍ਹ ਪਾਇਆ 45 ਦਿਨ ਹੋ ਗਏ, ਇੱਕ ਡਿਪਟੀ ਚੀਫ ਮਿਨਿਸਟਰ ਨੂੰ ਅੱਜ 15 ਮਹੀਨੇ ਹੋ ਗਏ, ਦੱਸੋ ਕਿਹੜਾ ਕੇਸ ਹੈ, ਸਾਨੂੰ ਪਤਾ ਸੀ ਰੋਜ਼ ਬਿਨਾਂ ਕਰਾਉਂਦੇ ਆ, ਕਿਹੜਾ ਏਦਾਂ ਦਾ ਕੇਸ ਹੈ ਜਿਹਦੇ 15 ਮਹੀਨੇ ਹੋ ਗਏ, 7 ਸਾਲ ਤੱਕ ਉਹਨੂੰ ਸਜ਼ਾ, ਮਨੀਸ਼ ਸਿਸੋਦੀਆ ਨੂੰ ਅੰਦਰ ਹੋਇਆ, ਸਤਿੰਦਰ ਜੈਨ 2 ਸਾਲ ਹੋ ਗਏ ਹੈਲਥ ਮਿਨਿਸਟਰ, ਉਹ ਸ਼ਖਸ ਜਿਹਨ ਕਨਸੈਪਟ ਦਿੱਤਾ ਸੀ ਕਿ ਮਹੱਲਾ ਕਲੀਨਿਕ ਦਾ ਕਨਸੈਪਟ ਦਿੱਤਾ ਸਰਕਾਰੀ, 2 ਸਾਲ ਹੋ ਗਏ ਉਹਨਾਂ ਦਾ ਰੱਖਿਆ ਹੋਇਆ, ਸੰਜੇ ਸਿੰਘ ਨੂੰ ਮਸਾ ਸੁਪਰੀਮ ਕੋਰਟ ਤੋਂ ਬੇਲ ਮਿਲੀ 6 ਮਹੀਨੇ ਬਾਅਦ, ਇਹ ਕੀ ਧੱਕਾ ਸ਼ਾਇਆ। ਇਸ ਕਰਕੇ ਐਂਡ ਦੈਨ ਵਾਈ ਦੇ ਵਾਂਟ 400 ਸੀਟਸ, ਵਾਈ ਦੇ ਵਾਂਟ 400 ਸੀਟਸ, ਕਹਿੰਦੇ ਅਸੀਂ ਸੰਵਿਧਾਨ ਬਦਲਣਾ, ਪਤਾ ਨਹੀਂ ਕੀ ਕਰ, ਬਾਬਾ ਸਾਹਿਬ ਅੰਬੇਦਕਰ ਦਾ ਜਿਸ ਕੰਸਟੀਟਿਊਸ਼ਨ ਤੇ ਜਿਸ ਸੰਵਿਧਾਨ ਤੇ ਸਾਨੂੰ ਨਾਜ਼ ਹੈ, ਜਿਸ ਸੰਵਿਧਾਨ ਕਰਕੇ ਅੱਜ ਸਾਡਾ ਦੇਸ਼ ਦੁਨੀਆ ਦੀ ਬੈਸਟ ਡੈਮੋਕ੍ਰੇਸੀ ਹੈ, ਮੋਸਟ ਪਾਵਰਫੁਲ ਡੈਮੋਕ੍ਰੇਸੀ ਹੈ, ਸਭ ਤੋਂ ਸ਼ਾਨਦਾਰ ਡੈਮੋਕ੍ਰੇਸੀ ਹੈ, ਉਸ ਸੰਵਿਧਾਨ ਨੂੰ ਬਦਲਣਾ। ਇਸ ਕਰਕੇ ਤੁਹਾਡੇ ਸਭ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ, ਵੀ ਇਹ ਧੱਕੇਸ਼ਾਹੀ ਬਣਨਾ ਹੀ ਨਹੀਂ, ਸਭ ਨੂੰ ਆਉਣਾ,
ਪੀਐਮਐਲਏ ਇਦਾਂ ਦਾ ਐਕਟ ਹੈ ਜਿਹਦੇ ਵਿੱਚ ਕੁਛ ਵੀ ਨਹੀਂ, ਜਿਹਨੂੰ ਮਰਜ਼ੀ ਜਦੋਂ ਮਰਜ਼ੀ ਬਿਨਾਂ ਐਵੀਡੈਂਸ ਤੋਂ ਚੱਕ ਲਓ। ਪਹਿਲਾ ਐਕਟ ਹੈ ਜਿਹਦੇ ਵਿੱਚ ਤੁਸੀਂ ਕਹਿੰਦੇ ਬੇਲ ਮਿਲ ਹੀ ਨਹੀਂ ਸਕਦੀ, ਤੁਸੀਂ ਸਮਝ ਕੋਈ ਬਰਡਨ ਆਫ ਪਰੂਫ ਨਹੀਂ, ਤੁਹਾਨੂੰ ਬੇਲ ਦੇ ਵਿੱਚ ਪਰੂਵ ਕਰਨਾ ਪੈਣਾ ਕੋਈ ਗਿਣਤੀ ਟ੍ਰਾਇਲ ਅਮੈਂਡਮੈਂਟ ਕਰਕੇ ਇੱਦਾਂ ਦਾ ਬਣਾਤਾ। ਇਹ ਕੱਲੋਂ ਸਾਡੇ ਤੇ ਵੀ ਹੱਥ ਪਾਉਣ, ਕੱਲੇ ਇਹ ਨਹੀਂ ਸਾਨੂੰ ਗੱਲ, ਸਾਨੂੰ ਕੋਈ ਡਰ ਅਸੀਂ ਹਰ ਵੇਲੇ ਤਿਆਰ ਜਦੋਂ ਮਰਜ਼ੀ। ਪਰ ਮੇਰੇ ਕਹਿਣ ਦਾ ਭਾਵ ਹੈ ਇੰਡਸਟਰੀ ਸਿਸਟਮ ਵਪਾਰੀਆਂ ਵਕੀਲਾਂ ਇਹ ਸਭ ਤੋਂ ਅੱਜ ਕਦੀ ਸੁਣਿਆ ਸੀ ਕਦੀ ਈਡੀ ਉਡੀ, ਅੱਜ ਪਿੰਡ ਦੀ ਬੁੜੀ ਨੂੰ ਵੀ ਪਤਾ ਈਡੀ ਕੀ ਹੁੰਦੀ, ਉਹ ਕਹਿੰਦੇ ਜਿਹੜੀ ਬੀਜੇਪੀ ਨੇ ਧੱਕਾ ਕਰਨਾ ਹੀ ਰੱਖੀ। ਤਾਂ ਇਸ ਕਰਕੇ ਜੀ ਆਪ ਸਭ ਯੂ ਆਰ ਇਨਫਲੂਐਂਸਰਸ, ਤੁਹਾਨੂੰ ਇਹ ਬੇਨਤੀ ਹੈ ਇਹ ਇਸ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ। ਪਤਾ ਨਹੀਂ ਕੀ ਗੱਲਾਂ ਕਰੀ ਜਾਂਦੇ ਤੁਸੀਂ, ਜਦ ਤੁਸੀਂ ਕੰਮ ਕੀਤਾ ਅੱਜ ਮੈਂ ਤੁਹਾਨੂੰ ਕੋਲ ਆ ਕੇ ਸਭ ਤੋਂ ਪਹਿਲੀ ਗੱਲ ਕੀ ਹੈਗੀ ਆ ਕਮਰਾ ਦੇਖੋ ਬਾਹਰੋਂ ਅੱਜ ਇੱਥੇ ਏਸੀ ਲੱਗੀ ਐਲ ਸੀ ਡੀ ਲੱਗੀ ਸਭ ਬਣਾਇਆ। ਜੇ ਤੁਸੀਂ ਕੰਮ ਕੀਤਾ ਤੁਸੀਂ 10 ਸਾਲ ਪ੍ਰਧਾਨ ਮੰਤਰੀ ਹੋ, ਕੰਮਾਂ ਤੇ ਕਰੋ ਨਾ ਕੰਮ, ਤੁਸੀਂ ਕੀ ਗੱਲਾਂ ਕਰਦੇ ਹੋ, ਤੁਸੀਂ ਮੰਗਲ ਸੂਤਰ ਦੀ ਕਬਰਿਸਤਾਨ ਹੋਰ ਹੀ ਪਾਸੇ, ਤੁਸੀਂ ਕਹੋ ਅਸੀਂ ਕੰਮ ਕੀਤਾ 10 ਸਾਲ ਚ ਅਸੀਂ ਵਨ ਵੋਟ ਪਾਓ ਨਹੀਂ। ਇਸ ਕਰਕੇ ਤੁਹਾਨੂੰ ਬੇਨਤੀ ਹੈ ਤੇ ਅਖੀਰ ਦੇ ਵਿੱਚ ਹੁਣ ਮੈਂ ਤੁਹਾਡੇ ਵਾਲੇ ਪਾਸੇ ਆ ਜਾਣਾ, ਤੁਸੀਂ ਨਹੀਂ ਮੰਗਿਆ ਸਾਡੇ ਸਾਰੇ ਸਾਬਕਾ ਪ੍ਰਧਾਨਾਂ ਨੇ, ਪਰ ਸਾਡੇ ਕੋਲ ਇੱਕ ਐਂਟੀ ਸਾਹਿਬ 4 ਜੂਨ ਨੂੰ ਗੁਰੂ ਸਾਹਿਬ ਨੇ ਮਹਾਮਾਈ ਨਹੀਂ ਤੇ ਇਹਨਾਂ ਨੇ ਕਿਰਪਾ ਕਰਨੀ ਹੈ, ਤੇ ਇੱਕ ਮੇਰੇ ਸਾਥੀ ਕੈਬਨਿਟ ਮਿਨਿਸਟਰ ਸਾਹਿਬ ਬੈਠੇ ਆ। ਦੇਖੋ ਅਸੀਂ ਤਾਂ ਆਪਣੇ ਹਲਕੇ ਦੋਨਾਂ ਤੋਂ ਅਸੀਂ 5-5 ਲੱਖ ਰੁਪਏ ਲੈਣਾ ਇਸ ਵਾਰ, ਤੁਹਾਡੇ ਦੋਨਾਂ ਤੋਂ ਅਸੀਂ 5-5 ਲੱਖ ਰੁਪਏ ਲੈਣਾ। ਅਸੀਂ ਹੋਰ ਸ਼ਾਨਦਾਰ, ਪਿਛਲੀ ਵਾਰੀ ਮੇਰੀ ਭੈਣਾਂ ਨੇ ਕਿਹਾ ਸੀ ਇਹਨਾਂ ਨੂੰ ਵੂਮੈਨ ਬਾਰ ਰੂਮ ਵੱਖਰਾ ਚਾਹੀਦਾ, ਸਾਨੂੰ ਲਾਇਬ੍ਰੇਰੀ ਚਾਹੀਦੀ, ਅਸੀਂ ਇੱਥੇ ਕੋਈ ਨਾ ਕੋਈ ਸਪੋਰਟਸ ਐਕਟੀਵਿਟੀ ਵੀ ਕੁਛ ਹੋਵੇ ਵਕੀਲਾਂ ਦੀ ਕੋਈ, ਅਸੀਂ ਇਹ ਸਭ ਕੁਛ ਅਸੀਂ ਦੋਨਾਂ ਤੋਂ, ਮੈਂ ਦੋਨੋਂ ਮੇਰੇ ਵੱਡੇ ਭਰਾ ਨੇ ਹੱਥ ਜੋੜ ਕੇ ਅਸੀਂ 5-5 ਲੱਖ ਰੁਪਇਆ ਉਹ ਵੀ ਲੈਣਾ, ਮੇਰੇ ਕੋਲ ਤਾਂ ਖੁੱਲੇ ਖਾਤੇ ਜਨੂੰ ਮਰਜ਼ੀ ਜੀ ਲੈ ਲਿਓ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ। ਇਸ ਮੌਕੇ ਪਰ ਕਿਆ ਕਹਾ ਪੰਜਾਬ ਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਡਿੰਪਾ ਨੇ ਜਿਹ ਵੀ ਸੁਣੇ। ਮੈਨੂੰ ਜਿੱਥੇ ਆਉਣ ਦਾ ਮੌਕਾ ਮਿਲਿਆ, ਤੁਹਾਡੇ ਸਾਰਿਆਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ, ਸਾਰੇ ਭਰਾਵਾਂ ਦੇ ਇਸ ਧਰਤੀ ਨੂੰ ਨਮਨ ਕਰਦਿਆਂ, ਮੈਂ ਜਿਹੜੇ ਬਾਰ ਕੌਂਸਲ ਦੇ ਪ੍ਰਧਾਨ ਸਾਹਿਬਾਨ, ਵਰਿਸ਼ਠ ਤੁਹਾਡੇ ਐਡਵੋਕੇਟ ਸਾਹਿਬਾਨ ਔਰ ਸਾਰੇ ਸਾਥੀ, ਔਰ ਮੇਰੇ ਨਾਲ ਮੇਰੇ ਕੈਬਨਿਟ ਦੇ ਸਾਥੀ, ਮੇਰੇ ਛੋਟੇ ਭਰਾ ਹਰਜੋਤ ਸਿੰਘ ਜੀ ਬੈਂਸ, ਜਿਹੜੇ ਕਿ ਮੈਂ ਕਹਿ ਸਕਦਾ ਸਭ ਤੋਂ ਯੰਗ MLA ਚੋਂ, ਔਰ ਇਸ ਉਮਰ ਦੇ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮ ਲੋਕ ਕੇਜਰੀਵਾਲ ਸਾਹਿਬ ਔਰ ਮਾਨਯੋਗ ਮੁਖਮੰਤਰੀ ਭਗਵੰਤ ਮਾਨ ਜੀ ਨੇ, ਔਰ ਅਹਿਮ ਮਹਿਕਮਾ ਐਜੂਕੇਸ਼ਨ ਜਿੱਥੋਂ ਮੈਂ ਕਹਿ ਸਕਦਾ ਸਾਰੇ ਸਮਾਜ ਦੀ ਗੜਬੜੀ ਉਹ ਇਹਨਾਂ ਕੋਲ ਹੈ, ਔਰ ਬੜੇ ਬਖੂਬੀ ਨੂੰ ਆ ਰਹੇ ਆ, ਔਰ ਬੜੇ ਕ੍ਰਾਂਤੀਕਾਰੀ ਜਿਹੜੇ ਰੈਵੋਲਿਊਸ਼ਨ ਹੈਗੀਆਂ ਐਜੂਕੇਸ਼ਨ ਵਿੱਚ ਆ ਰਹੀਆਂ, ਔਰ ਅੱਜ ਸਾਰੇ ਅਸੀਂ ਇਕੱਠੇ ਹੋਏ ਤੁਹਾਨੂੰ ਪਤਾ ਮਾਲਵਿੰਦਰ ਸਿੰਘ ਜੀ ਨਾਲ ਪਾਰਟੀ ਜਦੋਂ ਕਿਸੇ ਨੂੰ ਪ੍ਰਵਕਤਾ ਬਣਾਉਂਦੀ ਹੈ ਤਾਂ ਬੜੇ ਸੋਚ ਸਮਝ ਕੇ ਬਣਾਉਂਦੀ ਹੈ, ਔਰ ਸਰਕਾਰ ਆਉਣ ਤੋਂ ਪਹਿਲਾਂ ਵੀ ਔਰ ਸਰਕਾਰ ਆਉਣ ਤੋਂ ਬਾਅਦ ਵੀ ਉਹ ਜ਼ਿੰਮੇਵਾਰੀ ਨਿਭਾ ਰਹੇ ਸੀ, ਬੜੇ ਮੈਂ ਕਹਿ ਸਕਦਾ ਤੁਹਾਡੇ ਸਾਰਿਆਂ ਦੇ ਅਸੀਂ ਖੁਸ਼ਕਿਸਮਤ ਹਾਂ ਕਿ ਜਿੱਥੇ ਇਹ ਦਸਵੇਂ ਪਾਤਸ਼ਾਹ ਦੀ ਧਰਤੀ ਆ ਉੱਥੇ ਇਹੋ ਜਿਹੇ ਕੈਂਡੀਡੇਟ ਜਿਹੜੇ ਜਿਹਨਾਂ ਨੇ ਮੈਂ ਕਹਿ ਸਕਦਾ ਜਿਹਨੇ ਯੂਨੀਵਰਸਿਟੀ ਦੀ ਪੋਲੀਟਿਕਸ ਦੇਖੀ ਹੈ,
ਔਰ ਬੜੇ ਹੀ ਉਹਨੂੰ ਮਿੱਠੇ ਤਰੀਕੇ ਨਾਲ, ਕਦੇ ਇਹ ਨਹੀਂ ਹੈ ਵੀ ਮੈਂ ਨਹੀਂ ਕਦੇ ਜਦੋਂ ਐਜ ਏ ਪ੍ਰਵਕਤਾ ਵੀ ਬੋਲਦੇ ਦੇਖਣਾ ਹੁੰਦਾ ਕਿਵੇਂ ਬੰਦਾ ਪੇਸ਼ੈਂਸ ਲੂਜ਼ ਕਰਦਾ, ਪ੍ਰਵਕਤਾ ਤੇ ਬੜਾ ਔਖਾ ਹੁੰਦਾ ਕਿਉਂਕਿ ਅਗਲਾ ਜਾਣ ਬੁੱਝਦਾ ਤੁਹਾਨੂੰ ਚੈਲੰਜ ਕਰਦਾ ਵੀ ਇਹ ਕੁਛ ਬੋਲੇ ਤਾਂ ਲੋਕਾਂ ਚੋਂ, ਲੇਕਿਨ ਮੈਂ ਨਹੀਂ ਕਦੇ ਦੇਖਿਆ। ਸੋ ਇਹ ਬੜੀ ਵੱਡੀ ਜ਼ਿੰਮੇਵਾਰੀ ਨੂੰ ਆ ਰਹੇ ਸੀ ਔਰ ਅੱਜ ਜਿਹੜਾ ਪਾਰਟੀ ਨੇ ਬਹੁਤ ਸੋਚ ਸਮਝ ਕੇ ਇਹਨਾਂ ਨੂੰ ਇੱਥੋਂ ਜਿਹੜਾ ਐਜ ਏ ਐਮ ਪੀ ਕੈਂਡੀਡੇਟ ਉਤਾਰਿਆ, ਉਹ ਮੈਂ ਕਹਿੰਦਾ ਜਿੱਦਾਂ ਤੁਹਾਡੇ ਕੋਲ ਨਫੀਸ ਲੀਰਾ ਹਰਜੋਤ ਸਿੰਘ ਜੀ ਬੈਂਸ ਜਿੱਥੇ ਤੁਸੀਂ ਪਹਿਲੇ ਉਹਨਾਂ ਦੇ ਮਿਲੇ, ਆਉਣ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ, ਤਕਰੀਬਨ ਮੈਂ 25-30 ਮਿੰਟ ਪਹਿਲਾਂ ਆ ਗਿਆ ਸੀ ਸਾਰੀਆਂ ਗੱਲਾਂ, ਔਰ ਜਿੱਥੇ ਬਾਰ ਇਸ ਬਾਰ ਰੂਮ ਦੀ ਗੱਲ ਕੀਤੀ ਹੈ, ਇਹਦੀ ਉਸਾਰੀ ਦੀ ਗੱਲ ਕੀਤੀ ਬੜੇ ਅੱਛੇ ਤਰੀਕੇ ਦੇ ਨਾਲ। ਮੈਂ ਕਹਿ ਸਕਦਾ ਇੱਥੇ ਜਿਹੜਾ ਵਕੀਲ ਵਰਗ ਹੈ ਇਹਨਾਂ ਦੇ ਉੱਤੇ ਤਾਂ ਕੋਈ ਗੱਲ ਨੂੰ ਸਮਝ ਨਾ ਪਹੁੰਚਾ ਸਕਦਾ ਲੋਕਾਂ ਨੂੰ, ਬਿਲਕੁਲ ਸਹੀ ਗੱਲ ਹੈ, ਮੈਂ 10,000 ਰੁਪਏ ਤੱਕ ਦਾ ਮੈਸੇਜ ਇੱਥੋਂ ਜਾ ਰਿਹਾ। ਸੋ ਮੈਂ ਇਹ ਜਿਹੜੀ ਗੱਲ ਸਰਕਾਰ ਦੀ ਗੱਲ ਹੈ ਸਾਰੀ ਗੱਲ ਹਰਜੋਤ ਬੈਂਸ ਜੀ ਕਰਕੇ ਗਏ ਤੁਹਾਡੇ ਨਾਲ, ਕਿਉਂਕਿ ਮਨਵਿੰਦਰ ਜੀ ਨੇ ਆਪਣਾ ਤੁਹਾਨੂੰ ਸਹੀ ਮਿਸ਼ਨ ਵੀ ਦੱਸਣਾ, ਉਹਨਾਂ ਨੇ ਗੱਲ ਕਰਨੀ ਹੈ, ਮੈਂ ਸਿੰਪਲੀ ਗੱਲ ਕਰਾਂਗਾ ਵੀ ਸਾਡੇ ਕੋਲ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਬਦਲਾਵ ਲੈ ਕੇ ਆਉਂਦਾ ਉਹ ਛੋਟੀ ਗੱਲ ਨਹੀਂ ਸੀ। ਮੈਂ 5 ਇਲੈਕਸ਼ਨ ਲੜੇ ਆਪ ਖੁਦ, 4 ਚਾਹੇ ਐਜ਼ ਕਾਰਪੋਰੇਟਰ ਲੜੇ, 5-5 ਤੇ ਇੰਡੀਪੈਂਡੈਂਟ ਕਾਰਪੋਰੇਟਰ ਨੇ ਲੜਿਆ, ਇੱਕ ਪਰਿਵਾਰ ਦੇ ਮੈਨੂੰ 6 ਇਲੈਕਸ਼ਨ ਅਸੀਂ ਜਿਹੜੇ ਹੈਗੇ ਮੈਂ ਕਹਿ ਸਕਦਾ ਜਿੱਤੇ, ਲੇਕਿਨ ਮੈਂ ਬੜੀਆਂ ਸਾਰੀਆਂ ਸਰਕਾਰਾਂ ਰਾਜਨੀਤੀ ਦਾ ਜਿੱਦਾਂ ਕਹਿੰਦਾ ਸ਼ੌਕ ਹੁੰਦਾ ਉਹ ਵੀ ਸੀਗਾ ਸਰਪੰਚ, ਪਰ ਇਹ ਜੀ ਸਰਕਾਰ ਮੈਂ ਤੁਹਾਨੂੰ ਦਿਲੋਂ ਮੈਂ ਸਿਰਫ ਆਮ ਆਦਮੀ ਪਾਰਟੀ ਸਰਕਾਰ ਦਾ ਪਾਰਟ ਹੋਣ ਕਰਕੇ ਨਹੀਂ ਕਹਿ ਰਿਹਾ, ਜੇ ਐਮਐਲਏ ਹੋਣ ਕਰਕੇ ਨਹੀਂ ਕਹਿ ਰਿਹਾ, ਵਜ਼ੀਰ ਹੋਣ ਕਰਕੇ ਨਹੀਂ ਕਹਿ ਰਿਹਾ, ਗਰਾਊਂਡ ਜ਼ੀਰੋ ਦੇ ਮੁੱਖ ਮੰਤਰੀ ਕੰਮ ਕਰਨ ਵਾਲੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ, ਮੈਨੂੰ ਅਗਰ ਸਰਕਾਰ ਦੀ ਜਿਹੜੀਆਂ ਉਪਲਬਧੀਆਂ 2 ਸਾਲ ਦੀਆਂ ਸਾਰੀਆਂ ਦੱਸ ਗਿਆ, ਬੈਂਕ ਸਾਹਿਬ ਐਜੂਕੇਸ਼ਨ ਦੀ ਗੱਲ ਕਰਦੀ ਹੈ, ਐਮਪਲੋਇਮੈਂਟ ਦੀ ਗੱਲ ਹੋ ਰਹੀ ਹੈ, ਸੜਕ ਸੁਰੱਖਿਆ ਸਕੀਮ ਦੀ ਗੱਲ ਹੋ ਰਹੀ ਹੈ, ਆਮ ਆਦਮੀ ਕਲੀਨਿਕ ਦੀ ਗੱਲ ਹੋ ਰਹੀ ਹੈ, ਬੜੀ ਵੱਡੀ ਵੱਡੀ ਫ੍ਰੀ ਬਿਜਲੀ ਦੀ ਗੱਲ ਹੋ ਰਹੀ ਹੈ, ਬਹੁਤ ਬੜੀ ਫ੍ਰੀ ਬਿਜਲੀ ਦਾ ਮੈਂ ਤੁਹਾਨੂੰ ਦੱਸਣ ਲੱਗਾ, ਬਹੁਤ ਸਾਰੇ ਲੋਕ ਸੋਚਦੇ ਵੀ ਯਾਰ ਫ੍ਰੀ। ਅਬ ਸੁਨੇ ਕਿਆ ਕਹਾ ਲੋਕ ਸਭਾ ਖੇਤਰ ਸ਼੍ਰੀ ਅਨੰਦਪੁਰ ਸਾਹਿਬ ਸੇ ਪਾਰਟੀ ਕੇ ਪ੍ਰਤਿਆਸ਼ੀ ਮਲਵਿੰਦਰ ਸਿੰਘ ਕੰਗ ਨੇ। ਸਾਰੇ ਹੀ ਸਤਿਕਾਰਯੋਗ ਬਾਰ ਦੇ ਮੈਂਬਰ ਸਾਹਿਬਾਨ, ਸੀਨੀਅਰ ਐਡਵੋਕੇਟ ਸਾਹਿਬਾਨ, ਸਾਡੇ ਇਸ ਹਲਕੇ ਦੀ ਪੰਜਾਬ ਦੀ ਕੈਬਨਿਟ ਜਿਹੜੀ ਨੁਮਾਇੰਦਗੀ ਕਰ ਰਿਹਾ ਆਨਰੇਬਲ ਮਿਨਿਸਟਰ ਅਜੋਤ ਬੈਂਸ ਜੀ, ਰਮ ਸ਼ੰਕਰ ਜਿੰਪਾ ਜੀ ਜਿਹੜੇ ਸਾਡੇ ਗੁਆਂਢੀ ਹਲਕੇ ਤੋਂ ਨੁਮਾਇੰਦਗੀ ਕਰ ਰਹੇ, ਸਭ ਤੋਂ ਪਹਿਲਾਂ ਸਾਰਿਆਂ ਨੂੰ ਹੀ ਸਤਿ ਸ਼੍ਰੀ ਅਕਾਲ ਕਰਦਾ, ਸਾਰਿਆਂ ਨੂੰ ਨਮਸਤੇ, ਸਾਰਿਆਂ ਦਾ ਧੰਨਵਾਦ। ਲੀਗਲ ਫੈਕਲਟੀ ਦੀ ਗੱਲ ਕੀਤੀ ਹੈ ਦਵੇਸ਼ ਮੋਡਗਿੱਲ ਸਾਹਿਬ ਨੇ, ਮੋਡਗਿੱਲ ਸਾਹਿਬ ਮੇਰੇ ਕਲਾਸਮੇਟ ਰਹੇ ਆ, ਮੈਂ ਪੰਜਾਬ ਯੂਨੀਵਰਸਿਟੀ ਤੋਂ ਆਪਾਂ ਐਲਐਲਬੀ ਕੀਤੀ ਸੀ 2005 'ਚ, ਔਰ ਬਤੌਰ ਐਡਵੋਕੇਟ ਡਿਸਟ੍ਰਿਕਟ ਕੋਰਟ ਚੰਡੀਗੜ੍ਹ ਔਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੀ ਥੋੜ੍ਹਾ ਟਾਈਮ ਪ੍ਰੈਕਟਿਸ ਕੀਤੀ, ਇਸ ਟਾਈਮ ਨੋਨ ਪ੍ਰੈਕਟਿਸਿੰਗ ਲੋਇਰ ਹੋਇਆ ਵੈਸੇ, ਕਿਉਂਕਿ ਹੁਣ ਇੱਕ ਹੀ ਕੰਮ ਕੀਤਾ ਜਾ ਸਕਦਾ, ਤੁਹਾਡੇ ਨਾਲ ਅੱਜ ਰੂਬਰੂ ਹੋਣ ਦਾ ਮੌਕਾ ਮਿਲਿਆ ਔਰ ਬੜਾ ਕਰੂਸ਼ੀਅਲ ਸਮਾਂ, ਕਿਉਂਕਿ ਤੁਸੀਂ ਸੋਸਾਇਟੀ ਦਾ ਉਹ ਪਾਰਟ ਹੋ। ਮੇਰਾ ਵੀਰੇ ਸਾਈਡ ਤੇ ਆ ਜੀ। ਸਿਰੇ ਹਲਚਲ ਕੇ ਲਈ
श्री आनंदपुर साहब से करण चोपड़ा की रिपोर्ट। अभी के लिए बस इतना ही, मुझे दे इजाजत और देखते रहिए श्री हलचल। धन्यवाद। सैनी इलेक्ट्रॉनिक नंगल श्री आनंदपुर साहब मुख्य मार्ग गांव ब्रह्मपुर, यहां आपको मिलेंगे एलजी और सैमसंग कंपनी के फ्रिज, एलसीडी, वॉशिंग मशीन, मोबाइल सहित अन्य इलेक्ट्रॉनिक सामान के अलावा स्लीप बेल के गद्दे और क्रॉकरी का सामान भी, वह भी नए नए डिजाइनों और बाजार से सस्ते दाम पर। तो देर किस बात की है, जल्द पहुँचे सैनी इलेक्ट्रॉनिक गाँव ब्रह्मपुर। हमारा फोन नंबर है 9876972127। संतोषगढ़ मेहतपुर रोड जिला ऊना में खुल गया है गणपति जिम एंड गणपति इंटरप्राइजेस। यहां आपको मिलेंगे फूड व प्रोटीन सप्लीमेंट, वो भी बाजार से काफी कम और थोक रेट पर। यहां बॉडी बिल्डर प्रतियोगिता के लिए खिलाड़ियों को तैयार भी किया जाता है। तो जल्द पहुंचे गणपति जिम एंड गणपति इंटरप्राइजेस। हमारा फोन नंबर 8523000037, 9816980537। स्वादिष्ट खाने के लिए मशहूर जन्नत रेस्टोरेंट नंगल संतोषगढ़ मुख्य मार्ग, एक बार सेवा का मौका जरूर दें। चोपड़ा सिलाई मशीन एंड कॉस्मेटिक अड्डा मार्केट नंगल, यहां आपको मिलेगा कॉस्मेटिक का हर वो सामान जो ब्यूटी पार्लर, सैलून व महिलाओं के प्रतिदिन प्रयोग में आता है। यही नहीं, इसके अलावा सैलून की कुर्सियां, सोफा, दुल्हनों के लिए फैंसी चूड़ा, नेल आर्ट, आर्टिफिशियल ज्वेलरी, हेयर एक्सेसरी व सेंट इत्यादि बाजार से सस्ते व थोक दाम पर मिलते हैं। एक बार जरूर सेवा का मौका दें। हमारा फोन नंबर है 9815482433, दूसरा 9878888858। चोपड़ा सेविंग मशीन एंड कॉस्मेटिक्स,
हमारे यहाँ पर सलून का सभी सामान मिलता है। हमारा पता शॉप नंबर 16 अड्डा मार्केट नंगल टाउनशिप डिस्ट्रिक्ट रूपनगर। मोबाइल नंबर 9815482433 9878888858। क्या आप नजर अथवा धूप से बचने वाले चश्मे लगवाने की सोच रहे हैं, वो भी ब्रांडेड और बाजार से सस्ते दामों पर? तो सोच क्या रहे हैं, जल्द पहुंचे वशिष्ठ ऑप्टिकल नंगल संतोषगढ़, मुख्य मार्ग आजौली मोड़। यहां आपकी नजर ऑटोमेटिक मशीनों से जांच करने के उपरांत आपके चेहरे के हिसाब से चश्मा लगाया जाता है, वो भी चंद मिनटों में। और हाँ, नजर चेक करने की कोई फीस भी वसूल नहीं की जाती। हमारा फोन नंबर है 9915584190, तो जरूर एक बार सेवा का मौका दें। टाडा रोड संतोषगढ़ जिला ऊना में खुल गया है गणपति जिम एंड गणपति एंटरप्राइजेस, जहां आपको मिलेंगे फूड व प्रोटीन सप्लीमेंट, वो भी बाजार से काफी कम और थोक रेट पर। हमारे यहां बॉडी बिल्डर प्रतियोगिता के लिए खिलाड़ियों को तैयार भी किया जाता है। तो जल्द पहुंचे गणपति जिम एंड गणपति एंटरप्राइजेस। हमारा फोन नंबर 8523003737 9816980537 8523003737 98130037